ਕੀ ਦੋਸਤੋ ਕੈਂਟੋਟ ਆਪਣਾ ਸਿੱਖ ਸਖਸਾਨਾ ਤਾਂ ਤੁਸੀਂ ਦੇ ਰਹੇ ਹੋ ਆਸ ਤੱਕ ਆਮਨੇ ਸਾਹਮਨੇ ਦੋਸਤੋ ਗੱਲ ਕਰੀਏ 2022 ਦੀ ਚੋਣਾਂ ਨੂੰ ਲੈ ਕੇ ਗੱਲ ਕਰੇ ਬਰਾੜ ਸਾਹਿਬ ਬਰਾੜ ਸਾਹਿਬ ਕੀ ਲੱਗਦਾ ਕਿ ਜਿਹੜਾ ਹੁਣ ਸਮਾਂ ਜੋ 2021 ਦਾ ਤੱਕ ਬੀਤ ਗਿਆ 2022 ਦਾ ਸਮਾਂ ਜਿਹੜਾ ਇਸ ਟਾਈਮ ਤੁਸੀਂ ਕਿੱਥੇ ਵੇਖ ਰਹੇ ਪਿਓ ਪੰਜਾਬ ਦੀ ਜਨਤਾ ਨੂੰ ਸਰ ਸਰ ਪੰਜਾਬ ਦੀ ਜਨਤਾ ਨੇ ਜੋ 5 ਸਾਲ ਸੰਤਾਪ ਭੋਗਿਆ ਹੈ ਇਹ ਤੁਹਾਡੇ ਸਾਹਮਣੇ ਹੈ ਚਲੋ ਮੈਂ ਸਾਰੇ ਪੰਜਾਬ ਚ ਨਹੀਂ ਜਾਂਦਾ ਕਿ ਮੈਂ ਜਲੰਧਰ ਦੀ ਗੱਲ ਕਰਦਾ ਜੋਨਾ ਜਲੰਧਰ ਇਹਨਾਂ 5 ਸਾਲਾਂ ਚ ਪਿੱਛੇ ਗਿਆ ਜਦੋਂ ਦਾ ਜਲੰਧਰ ਹੋਂਦ ਚ ਆਇਆ ਇੰਨਾ ਘੱਟ ਵਿਕਾਸ ਕਦ ਨਹੀਂ ਹੋਇਆ ਜਿੱਤਕਰ ਜਿਹੜਾ ਸਵਸਥਾ ਦੇਖੋ ਸਫਾਈ ਦੇ ਮਾਮਲੇ ਦੇ ਵਿੱਚ ਕਿਸ ਨੰਬਰ ਤੋਂ ਕਿਸ ਦਰਜੇ ਤੇ ਜਾ ਕੇ ਡਿੱਗਿਆ ਇਹ ਇਹਦੇ ਜ਼ਿੰਮੇਵਾਰ ਕੌਣ ਹੈ ਚੁਣੀ ਹੋਈ ਨੁਮਾਇੰਦੇ ਕਾਉਂਸਲਰ ਮੇਅਰ ਇਹੀ ਜ਼ਿੰਮੇਵਾਰ ਹਨ ਲੋਕ ਤਾਂ ਜ਼ਿੰਮੇਵਾਰ ਨਹੀਂ ਹੈ ਹਰ ਪਾਸੇ ਗੰਦਗੀ ਦੇ ਢੇਰ ਪਏ ਸਾਰੀਆਂ ਸੜਕਾਂ ਪਟੀਆਂ ਹੋਈਆਂ ਇਹਨਾਂ ਦਾ ਕਹਿਣਾ ਕਿ ਸਮਾਰਟ ਸਿਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਲੱਗਦਾ ਸਮਾਰਟ ਸਿਟੀ ਬਣ ਗਿਆ ਇਸ ਹਾਲਾਤਾਂ ਸਭ ਕਹਿਣ ਨਾਲ ਥੋੜੀ ਸਮਾਰਟ ਹੋ ਜਾਂਦਾ ਕੋਈ ਕੋਈ ਲੋਕਾਂ ਨੂੰ ਸਮਾਰਟ ਦੱਸੇ ਵੀ ਕਿੰਨੇ 100 ਕਰੋੜ ਰੁਪਏ ਸਮਾਰਟ ਸਿਟੀ ਤੇ ਲਾ ਦਿੱਤੇ ਗਏ ਇੱਥੇ ਤੁਸੀਂ ਐਜ਼ ਐਂਕਰ ਮੈਂਡ ਦੱਸ ਦੋ ਟੈਲ ਮੀ 1 ਇੰਚ ਆਫ ਸਿਟੀ ਕੇ ਸਮਾਰਟ ਨਹੀਂ ਚਾਈ ਇੱਕ ਅੱਧਾ ਕਿਲੋਮੀਟਰ ਦੱਸ ਦੋ ਕਿ ਸਮਾਰਟ ਹੈਗਾ ਜਿੰਦਰ ਦੀ ਗੱਲ ਹੈ ਜਿੰਦਰ ਚ ਜੋ ਹਰ ਜਗ੍ਹਾ ਦੇਖੋ ਜੇ ਸਮਾਰਟ ਹੁੰਦਾ ਮਤਲਬ ਇਹ ਜਿਹੜਾ ਕਚਰਾ ਨਾ ਸੜਕਾਂ ਤੇ ਮਿੱਟੀ ਹੈ ਨਾ ਕੀ ਗੱਲ ਹੈ ਅਗਰ ਇੱਕ ਪਾਰਟੀ ਗੱਲ ਕਰੀਆ ਜਾਂ ਅਸੀਂ ਅਫੀਸਰ ਦੀ ਪ੍ਰਸ਼ਾਸਨ ਦੀ ਗੱਲ ਕਰੀਏ ਇਹਨਾਂ ਚੀਜ਼ਾਂ ਤੇ ਬਿਲਕੁਲ ਧਿਆਨ ਨਹੀਂ ਦਿੰਦੇ ਤੇ ਉਹਨਾਂ ਨੂੰ ਕੰਮ ਨਾ ਕੀਆ ਸਭ ਪ੍ਰਸ਼ਾਸਨ ਨੂੰ ਤਾਂ ਕੁਛ ਨਾ ਬਹੁਤ ਸੌਖਾ ਹੁੰਦਾ ਹੈ ਪ੍ਰਸ਼ਾਸਨ ਨੇ ਸਾਥੋਂ ਵੋਟਾਂ ਨਹੀਂ ਲਈਆਂ ਜਿੰਨਾਂ ਲੋਕਾਂ ਨੇ ਸਾਥੋਂ ਵੋਟਾਂ ਲਈਆਂ ਉਹਨਾਂ ਨੇ ਪ੍ਰਸ਼ਾਸਨ ਨੂੰ ਦੱਸਿਆ ਇੱਥੇ ਕਰਨਾ ਪੈਸੇ ਲਾਉਣੇ ਐ ਫੈਸ਼ਨ ਤਾਂ ਕੁਛ ਨਾ ਬਹੁਤ ਸੁੱਖਾ ਹੈ। ਲੱਗਿਆ ਜੋ ਲੋਕੋ ਨੁਮਾਇੰਦਿਆਂ ਨੂੰ ਕਵਸਨਗੇ ਫਿਰ ਨੁਮਾਇੰਦਿਆਂ ਨੂੰ ਬਦਲ ਲੱਗੇਗਾ। ਚਲੋ ਸਰ ਚਲਦੇ ਚਲਦੇ ਗੱਲ ਕਰ ਰਹੇ ਹੁਣ ਗੱਲ ਕਰ ਰਹੇ ਅਸੀਂ ਮਜੀਠੀਆ ਸਾਹਿਬ ਦੀ ਗੱਲ ਕਰੀਏ ਬੜੇ ਵੱੱਛੇ ਲੀਡ ਰੁੱਕੇ ਨੇ ਐ ਹੁਣ ਲਾਸ ਸਮੇਂ ਦੇ ਆਂਤਿਆਂ ਦੇ ਮੈਨੂੰ ਐ ਫਿਰ ਦਰਜ ਕੀਤੀ ਗਈ ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਕੋਈ ਸਿਆਸਤ ਹੈ ਵੱਡੀ? ਸਾਹਿਬ ਸਿਆਸਤ ਨਹੀਂ ਨਾਲ ਨਾਲ ਇੱਕ ਸਾਜ਼ਿਸ਼ ਵੀ ਹੈ। ਇਹ ਸਾਜ਼ਿਸ਼ ਕੀਤੀ ਗਈ ਹੈ। ਵੋਟਰਾਂ ਨੂੰ ਮਦਦ ਨਹੀਂ ਰੱਖਦੇ ਹੋਏ ਕਦੋਂ ਦੇ ਜਿਹੜਾ ਹੈਗਾ ਇਹ ਇਨਕੁਆਰੀਆਂ ਪਈਆਂ ਪੈਂਡਿੰਗ ਪਈਆਂ ਐ। ਇਲੈਕਸ਼ਨ ਲਈ ਯਾਦ ਆਇਆ ਔਰ ਉਸ ਤੋਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਔਰ ਕਪੂਰਥਲੇ ਜਿਹੜੀ ਬੇਅਦਬੀ ਹੋਈ ਹੈ ਉਹਦੇ ਵਿੱਚ ਜੋ ਉਹਨਾਂ ਦੀ ਜਿਹੜੀ ਤੋਏ ਤੋਏ ਹੋ ਰਹੀ ਸਰਕਾਰ ਦੀ ਸਿਰਫ ਉਹਨੂੰ ਅੱਖੋਂ ਪਰੋਖੇ ਕਰਨ ਦੇ ਲਈ ਇਹ ਵੀ ਇੱਕ ਸਟੰਟਰ ਚ ਆ ਗਿਆ ਅੰਨੀ ਸਕਿਉਰਟੀ ਦਰਬਾਰ ਸਾਹਿਬ ਦੀ ਗੱਲ ਹੈ ਬਹੁਤ ਸਕਿਉਰਟੀ ਹੁੰਦੀ ਹੈ ਸੁਖਨਾਂ ਤੇ ਕਿਤਨਾ ਕਿਤੇ ਲੱਗਦਾ ਫਿਰ ਅਸੀਂ ਕੁੱਛਣਾ ਚਾਹੀਦਾ ਉਹ ਤੁਹਾਡੇ ਮੁਤਾਬਕ ਜਿਹੜੀ ਆ ਲਗਾਨੀਆਂ ਹੋ ਰਹੀਆਂ ਜਾਂ ਨੇ ਨੇ ਸਟੰਟ ਬੰਦੇ ਪੰਜਾਬ ਦੇ ਹਾਲਾਤ ਜੋ ਇਸ ਟਾਈਮ ਜੋ ਦੇਖਿਆ ਵਿਗੜਦੇ ਜਾ ਰਹੇ ਨੇ ਇਹਦੀ ਜ਼ਿੰਮੇਵਾਰੀ ਕੌਣ ਆ ਤਾਂ ਇਹਨਾਂ ਨੂੰ ਕੀ Failure of police.